ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਦੋਸਤਾਂ ਮਿੱਤਰਾਂ ਨੂੰ, ਕੀ ਹਾਲ ਚਾਲ ਜੀ ਸਾਰਿਆਂ ਦਾ। ਲਓ ਵੀਰ ਜੀ, ਆਸ ਕਰਦੇ ਹਾਂ ਕਿ ਸਾਰੇ ਵੀਰ ਆਪਣੇ ਵਧੀਆ ਹੀ ਹੋਣਗੇ, ਠੀਕ ਹੈ ਜੀ। ਅਤੇ ਅੱਜ ਵੀਡੀਓ ਥੋੜ੍ਹਾ ਜਿਹਾ ਟਾਈਮ ਲੱਗ ਗਿਆ ਪਾਉਣ 'ਤੇ, ਅਤੇ ਮੈਂ ਕਿਹਾ ਚਲੋ ਆਪਣੇ ਵੀਰਾਂ ਨੂੰ ਕੋਈ ਨਾ ਕੋਈ ਨਵੀਂ ਗੱਲਬਾਤ ਦੱਸ ਦਈਏ ਇਟਲੀ ਦੇ ਪੇਪਰਾਂ ਬਾਰੇ। ਲਓ ਵੀਰ ਜੀ, ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗਾ ਕਿ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਅਤੇ ਨਾਲ ਹੀ ਬੈੱਲ ਆਈਕੋਨ 'ਤੇ ਵੀ ਕਲਿੱਕ ਜ਼ਰੂਰ ਕਰੋ, ਤਾਂ ਜੋ ਕੋਈ ਵੀ ਨਵੀਂ ਵੀਡੀਓ, ਕੋਈ ਵੀ ਨਵੀਂ ਇਨਫੋਰਮੇਸ਼ਨ ਆਵੇ ਅਤੇ ਉਸਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਨੂੰ ਆਪਣੇ ਆਪ ਮਿਲ ਜੇ, ਅਤੇ ਤੁਸੀਂ ਸਾਡੀ ਜਿਹੜੀ ਵੀਡੀਓ ਆ ਉਹ ਸਭ ਤੋਂ ਪਹਿਲਾਂ ਵੇਖ ਸਕੋ, ਅਤੇ ਉਸ ਵੀਡੀਓ ਤੋਂ, ਉਸ ਇਨਫੋਰਮੇਸ਼ਨ ਤੋਂ ਵੱਧ ਪਹਿਲਾਂ ਸਿੱਖ ਸਕੋ ਅਤੇ ਗਾਹਕ ਲੋਕਾਂ ਨੂੰ ਸਿਖਾ ਸਕੋ। ਲਓ ਵੀਡੀਓ, ਜਿੱਦਾਂ ਕਿ ਤੁਹਾਨੂੰ ਪਤਾ ਹੀ ਕਿ ਆਪਣੀਆਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਵਾ, ਠੀਕ ਹੈ, ਪੇਪਰਾਂ ਬਾਰੇ, ਅਤੇ ਕੁਝ ਕੁ ਆਪਾਂ ਅੱਜ ਸਵਾਲਾਂ ਦੀ ਗੱਲ ਕਰਾਂਗੇ, ਅਤੇ ਕੁਛ ਮੇਨ ਆਪਾਂ ਗੱਲ ਕਰਾਂਗੇ ਕਿ ਜਿਹੜੇ ਇਹ ਪੇਪਰ ਅਪਲਾਈ ਹੋਏ ਆ 2019 ਵਾਲੇ, ਅਤੇ ਉਹਦੇ ਵਿੱਚ, ਠੀਕ ਹੈ ਜੀ, ਕਿਹੜੀ ਕੰਟਰੀ ਦਾ ਕਿੰਨਾ ਕੋਟਾ ਵਾ, ਠੀਕ ਹੈ, ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅਤੇ ਕਿਹੜੀ ਕੰਟਰੀ ਦਾ ਕਿੰਨਾ ਕੋਟਾ ਵਾ, ਕਿ ਕਿਹੜੀ ਕੰਟਰੀ ਤੋਂ ਕਿੰਨੇ ਬੰਦੇ ਇੱਥੇ ਆਉਣੇ ਆ ਇਟਲੀ ਵਿੱਚ, ਇਹਦੇ ਬਾਰੇ ਗੱਲਬਾਤ ਕਰਾਂਗੇ ਆਪਾਂ, ਠੀਕ ਹੈ ਜੀ। ਲਓ ਜੀ ਵੀਰ ਜੀ, ਵੀਡੀਓ ਸ਼ੁਰੂ ਕਰਦੇ ਹਾਂ ਕਿ ਸਭ ਤੋਂ ਇੱਕ ਸਵਾਲ ਮੇਰੇ ਵੀਰ ਨੇ ਬੜੀ ਵਾਰ ਮੈਨੂੰ ਪੁੱਛਿਆ ਵਾ, ਠੀਕ ਹੈ, ਉਹਨੇ ਕਿਹਾ ਵੀਰ ਜੀ PR ਹੋਣ ਤੋਂ ਬਾਅਦ ਵੀ ਟੈਕਸ ਦੇਣਾ ਪੈਂਦਾ ਵਾ, ਕਿ ਜਦੋਂ ਆਪਾਂ ਇੱਥੇ ਪੱਕੇ ਹੋ ਜਾਂਦੇ ਹਾਂ, ਕਹਿਣ ਦਾ ਮਤਲਬ ਕਿ ਆਪਾਂ ਨੂੰ ਪੱਕੀ ਸੰਜੋਰਨ ਮਿਲ ਜਾਂਦੀ ਸਾਲ ਵਾਲੀ ਜਾਂ 2 ਸਾਲ ਵਾਲੀ, ਅਤੇ ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਟੈਕਸ ਉਹ ਵੀ ਦੇਣਾ ਪੈਂਦਾ ਵਾ। ਅਤੇ ਹਾਂਜੀ ਵੀਰ ਜੀ, ਜਿਹੜਾ ਟੈਕਸ ਆ ਉਹ ਤੁਹਾਨੂੰ ਜਿੰਨਾ ਚਿਰ ਤੱਕ ਤੁਸੀਂ ਇਟਲੀ ਦੇ ਵਿੱਚ ਰਹਿਣਾ ਵਾ ਉਨਾ ਚਿਰ ਤੱਕ ਆਪਾਂ ਨੂੰ ਟੈਕਸ ਦੇਣਾ ਪੈਣਾ ਵਾ, ਠੀਕ ਹੈ ਜੀ। ਲਓ ਜੀ, ਇਸੇ ਤਰੀਕੇ ਨਾਲ ਇੱਕ ਵੀਰ ਨੇ ਉਹਨੇ ਪੁੱਛਿਆ ਵਾ ਕਿ ਜਿਹੜੇ ਸਟੇਅ ਪੇਪਰ ਕੀ ਹੁੰਦਾ ਅਤੇ ਇਸ ਦਾ ਕੀ ਫਾਇਦਾ ਵਾ। ਸਟੇਅ ਪੇਪਰ ਵੀਰ ਜੀ, ਅਤੇ ਮੈਂ ਇੱਕ ਨਵੀਂ ਵੀਡੀਓ ਬਾਅਦ 'ਚ ਬਣਾਊਂਗਾ, ਇਹ ਬਹੁਤ ਲੰਬੀ ਵੀਡੀਓ ਆ ਜਾਣੀ ਆ। ਸਟੇਅ ਪੇਪਰ ਤੁਹਾਨੂੰ ਮੈਂ ਵੈਸੇ ਦੱਸ ਦਿੰਦਾ ਵਾ ਕਿ ਉਹ ਪੇਪਰ ਹੁੰਦਾ ਵਾ ਰਿਫਿਊਜੀ ਵਾਲਾ ਪੇਪਰ, ਆਪਾਂ ਨੂੰ ਕਹਿੰਦੇ ਆ ਕਿ ਆਪਾਂ ਇੱਥੇ ਰਿਫਿਊਜੀ ਲੈ ਲੈਂਦੇ ਹਾਂ ਆਣ ਕੇ ਇਟਲੀ ਦੇ ਵਿੱਚ, ਠੀਕ ਹੈ ਜੀ। ਰਿਫਿਊਜੀ ਦਾ ਮਤਲਬ ਕਿ ਆਪਾਂ ਉਹਨਾਂ ਨੂੰ ਇਹ ਕਹਿੰਦੇ ਹਾਂ ਕਿ ਹਾਂਜੀ ਜੀ, ਸਾਨੂੰ ਇੰਡੀਆ ਦੇ ਵਿੱਚ ਖਤਰਾ ਵਾ, ਜਾਂ ਸਾਨੂੰ ਸ਼੍ਰੀਲੰਕਾ ਦੇ ਵਿੱਚ ਖਤਰਾ ਵਾ, ਜਾਂ ਕਿਸੇ ਆਪਾਂ ਨੂੰ ਆਪਣੀ ਕੰਟਰੀ ਵਿੱਚ ਖਤਰਾ ਵਾ, ਅਤੇ ਅਸੀਂ ਇੱਥੇ ਤੁਹਾਡੇ ਸਟੇਅ ਲੈਣਾ ਚਾਹੁੰਦੇ ਹਾਂ, ਠੀਕ ਹੈ ਜੀ, ਉਹਨੂੰ ਸਟੇਅ ਪੇਪਰ ਕਹਿ ਦਿੰਦੇ ਆ ਵੀਰ ਜੀ ਇੱਥੇ, ਠੀਕ ਹੈ। ਲਓ ਜੀ ਵੀਰ ਜੀ, ਆਪਣੇ ਸਵਾਲ ਅੱਜ ਜਿਹੜੇ ਹੈਗੇ ਸੀ ਉਹ ਤਾਂ ਇੰਨੇ ਕੁ ਸੀ, ਹੁਣ ਮੇਨ ਗੱਲ 'ਤੇ ਆਪਾਂ ਆਉਂਦੇ ਹਾਂ, ਠੀਕ ਆ। ਉਹ ਵੀਰ ਜੀ ਕੀ ਹੈਗੀ ਆ ਕਿ ਕਈਆਂ ਵੀਰਾਂ ਦੇ ਸਵਾਲ ਆ ਕਿ ਹਾਂਜੀ ਵੀਰ ਜੀ, ਜਿਸ ਤਰ੍ਹਾਂ ਕਿ ਇਹਨਾਂ ਨੇ ਇੱਥੇ ਪੇਪਰ ਕੱਢੇ ਆ, ਠੀਕ ਆ, ਟੋਟਲ ਬੰਦੇ ਦੇ, ਓਕੇ ਜੀ, ਟੋਟਲ ਬੰਦਾ ਇਹਨਾਂ ਨੇ 30,800 ਅਤੇ ਸਮਥਿੰਗ ਇੰਨੇ ਕੁ ਬੰਦੇ ਦੇ ਪੇਪਰ ਕੱਢੇ ਸੀ ਕਿ ਇੰਨੇ ਕੁ ਬੰਦਿਆਂ ਨੂੰ ਇਟਲੀ ਦੇ ਵਿੱਚ ਸੱਦਿਆ ਜਾਊਗਾ, ਬੁਲਾਇਆ ਜਾਊਗਾ, ਠੀਕ ਹੈ ਜੀ। ਅਤੇ ਗਾਂ ਉਹਦੇ ਵਿੱਚ ਇਹਨਾਂ ਨੇ ਜਿਹੜਾ ਸੀ ਬਾਅਦ ਵਿੱਚ ਡਿਵਾਈਡ ਕੀਤੇ ਉਹਦੇ ਵਿੱਚ, ਠੀਕ ਹੈ, ਡਿਵਾਈਡ ਕੀ ਕੀਤਾ ਉਹਨਾਂ ਨੇ, ਹਾਂਜੀ ਜੀ, ਬਲਕਿ 12,000-13,000 ਬੰਦਾ ਜਿਹੜਾ ਵਾ, ਜਿਹੜਾ ਪਹਿਲਾਂ ਹੀ ਇੱਥੇ ਹੈਗਾ ਵਾ, ਜਿਨ੍ਹਾਂ ਨੇ ਆਪਣੀ ਮਤਲਬ ਸੰਜੋਰ ਨੂੰ ਰੀਨਿਊ ਕਰਵਾਉਣੀ ਆ, ਹੈ ਨਾ, ਜਿਹੜੇ ਪਹਿਲਾਂ ਹੀ 9 ਮੰਥ ਵਾਲੇ, ਉਹਦੇ ਵਿੱਚ ਉਹਨਾਂ ਨੇ ਵੰਡਤਾ। ਇਸੇ ਤਰੀਕੇ ਨਾਲ ਥੋੜ੍ਹਾ ਜਿਹਾ ਕੋਟਾ ਉਹਨਾਂ ਨੇ ਇਹ ਵੰਡਤਾ ਕਿ ਜਿਹੜਾ ਬੰਦਾ ਇੱਥੇ ਸਟੂਡੈਂਟ ਹੈਗਾ ਵਾ, ਠੀਕ ਆ, ਜੇਕਰ ਉਹਨੇ ਆਪਣੇ ਪੇਪਰ ਚੇਂਜ ਕਰਵਾਉਣੇ ਹੋਣ, ਠੀਕ ਆ, ਉਹ ਆਪਣੇ ਕਲਾਸ ਦਾ ਵਾ, ਪਲੱਸ ਥੋੜ੍ਹਾ ਜਿਹਾ ਕੋਟਾ ਉਹਨਾਂ ਨੇ ਵੰਡਤਾ ਕਿ ਜਿਹੜੇ ਕੋਈ ਬਿਜ਼ਨਸਮੈਨ ਕੋਈ ਆਉਂਦਾ ਵਾ ਆਪਣੀ ਇੱਥੇ ਇਟਲੀ ਦੇ ਵਿੱਚ, ਅਤੇ ਉਹਨਾਂ ਦਾ ਕਿੰਨਾ ਕੋਟਾ ਵਾ, ਠੀਕ ਹੈ। ਇਸੇ ਤਰੀਕੇ ਨਾਲ ਵੀਰ ਜੀ, ਉਹਨੇ ਇਹਨਾਂ ਨੇ ਜਿਹੜਾ ਕੋਟਾ ਵਾ ਉਹ ਕਹਿੰਦੇ, ਮੈਨੂੰ ਪਤਾ ਲੱਗਾ ਕਿ ਜਿਹੜੇ ਉਹ ਕੋਟਾ ਵਾ ਕਿ ਜਿਹੜੇ ਪੇਪਰ ਅਪਲਾਈ ਹੋਏ ਆ, ਠੀਕ ਹੈ ਜੀ, ਜਿਹੜੇ ਮੇਨ ਵਰਕ ਅਪਲਾਈ ਹੋਏ ਆ ਕਿ ਜਿਨ੍ਹਾਂ ਨੇ ਮਤਲਬ ਕਿ ਆਪਣੀ ਕੰਟਰੀ ਤੋਂ ਇੱਥੇ ਆਉਣਾ ਵਾ, ਜਿਵੇਂ ਸਪੋਜ਼ ਕਰੋ ਕਿ ਇੰਡੀਆ ਤੋਂ ਕਿਸੇ ਨੇ ਇੱਥੇ ਆਉਣਾ ਵਾ, ਜਾਂ ਸ਼੍ਰੀਲੰਕਾ ਤੋਂ ਕਿਸੇ ਨੇ ਇੱਥੇ ਆਉਣਾ ਵਾ, ਜਾਂ ਬੰਗਲਾਦੇਸ਼ ਤੋਂ ਇੱਥੇ ਆਉਣਾ ਵਾ, ਠੀਕ ਹੈ, ਜਾਂ ਅਲਬਾਨੀਆ ਤੋਂ ਇੱਥੇ ਆਉਣਾ ਵਾ, ਵੱਖਰੀਆਂ ਵੱਖਰੀਆਂ ਜਿਹੜੀਆਂ ਮਤਲਬ ਕਿ ਹੈਗੀਆਂ ਵਾ ਕੰਟਰੀਆਂ, ਠੀਕ ਹੈ ਜੀ। ਅਤੇ ਉਹ ਮੈਂ ਕਿਹਾ ਚਲੋ ਥੋੜ੍ਹੀ ਜਿਹੀ ਗੱਲ ਕਲੀਅਰ ਕਰਦੀ ਆਪਣੇ ਵੀਰਾਂ ਦੇ ਨਾਲ। ਉਹ ਵੀਰ ਜੀ ਵੇਖੋ, ਇਹ ਵਾ ਕਿ ਉਸ ਚੀਜ਼ ਦਾ ਜਿਹੜਾ ਵਾ ਨਾ ਪਾਰਟ ਜਿਹੜੇ ਨਹੀਂ ਕੀਤੇ ਗਏ ਦਾ ਮਤਲਬ ਕਿ ਜਿਵੇਂ ਸਪੋਜ਼ ਕਰੋ ਕਿ ਕਈ ਵੀਰ ਕਹਿੰਦੇ ਆ ਕਿ ਇੰਡੀਆ ਤੋਂ ਸਿਰਫ ਅਤੇ ਸਿਰਫ ਸਪੋਜ਼ ਕਰੋ ਕਿ 800 ਬੰਦਾ ਆਉਣਾ ਵਾ, ਜਾਂ 1500 ਬੰਦਾ ਆਉਣਾ ਵਾ, ਜਾਂ 1600 ਬੰਦਾ ਆਉਣਾ ਵਾ। ਕਈਆਂ ਵੀਰਾਂ ਦੇ ਦਿਮਾਗ 'ਚ ਇਹ ਗੱਲ ਆ
ਕਿ ਹਾਂਜੀ ਵੀ ਇੰਡੀਆ ਤੋਂ ਇੰਨੇ ਹੀ ਆਉਣੇ ਆ। ਕਈਆਂ ਦੇ ਦਿਮਾਗ 'ਚ ਸ਼੍ਰੀਲੰਕਾ ਤੋਂ 800 ਬੰਦਾ ਆਉਣਾ ਵਾ, ਕਈਆਂ ਦੇ ਦਿਮਾਗ 'ਚ ਆ ਜੀ ਫਲਾਨੇ ਸ਼ਹਿਰ 'ਚੋਂ 1000 ਬੰਦਾ ਆਉਣਾ ਵਾ। ਠੀਕ ਆ, ਉਹ ਵੀਰ ਜੀ ਵੇਖੋ ਕੀ ਹੈਗਾ ਵਾ, ਤੁਹਾਨੂੰ ਮੈਂ ਦੱਸਦਾ ਵਾਂ ਇਹਦਾ ਸਿਸਟਮ ਕੀ ਹੈ। ਠੀਕ ਆ, ਪਹਿਲੀ ਗੱਲ ਤੁਹਾਨੂੰ ਮੈਂ ਇਹ ਦੱਸ ਦਿੰਦਾ ਕਿ ਇੱਕ ਤਰ੍ਹਾਂ ਦਾ ਜਿਹੜਾ ਪਾਰਟ ਆ ਉਹ ਨਹੀਂ ਵੰਡੇ ਗਏ। ਠੀਕ ਆ, ਪਾਰਟ ਦੇ ਵਿੱਚ ਜਿਹੜਾ ਕਿ ਕੋਈ ਫਿਕਸ ਨਹੀਂ ਕੀਤਾ ਗਿਆ ਕਿ ਹਾਂਜੀ ਵੀ ਸ਼੍ਰੀਲੰਕਾ ਤੋਂ 1500 ਬੰਦਾ ਹੀ ਆਊਗਾ। ਠੀਕ ਆ, ਜਾਂ ਅਲਬਾਨੀਆ ਤੋਂ 200 ਬੰਦਾ ਹੀ ਆਊਗਾ, ਜਾਂ ਸਪੋਜ਼ ਕਰੋ ਕਿ ਇੰਡੀਆ ਤੋਂ 2000 ਬੰਦਾ ਹੀ ਆਊਗਾ ਜਾਂ 3000 ਬੰਦਾ ਹੀ ਆਊਗਾ। ਇੱਦਾਂ ਦੀ ਕੋਈ ਪਾਰਟੀਸਪੇਟ ਨਹੀਂ ਕੀਤੀ ਗਈ ਹੈ, ਕੋਈ ਪਾਰਟ ਨਹੀਂ ਇਹਦਾ ਕੀਤਾ ਗਿਆ। ਠੀਕ ਆ, ਪਹਿਲੀ ਗੱਲ ਤਾਂ ਤੁਹਾਨੂੰ ਮੈਂ ਤੁਹਾਡਾ ਜਿਹੜਾ ਇੱਕ ਸਵਾਲ ਆ ਸਾਰਿਆਂ ਦਾ ਉਹਨੂੰ ਉਹ ਇਹ ਜਵਾਬ ਤੁਹਾਨੂੰ ਮੈਂ ਦਿੰਦਾ ਵਾਂ ਕਿ ਕੋਈ ਪੱਕਾ ਨਹੀਂ ਹੈਗਾ ਕਿ ਕਿਹੜੇ ਕੰਟਰੀ ਦੇ ਵਿੱਚੋਂ ਕਿੰਨੇ ਬੰਦੇ ਆਉਣੇ ਆ। ਠੀਕ ਹੈ ਜੀ, ਹੁਣ ਵੀ ਜੀ ਵੇਖੋ ਇਹ ਗੱਲ ਮੈਂ ਤੁਹਾਨੂੰ ਕਹਿਤੀ, ਇਹਦਾ ਹੁਣ ਤੁਹਾਡੇ ਦਿਮਾਗ ਵਿੱਚ ਫਿਰ ਇੱਕ ਸਵਾਲ ਆ ਸਕਦਾ ਵਾ ਕਿ ਮਤਲਬ ਕਿ ਅਸੀਂ ਤਾਂ ਸੁਣਿਆ ਵਾ, ਹੈ ਨਾ, ਹੁਣ ਤੁਹਾਨੂੰ ਮੈਂ ਦੱਸਦਾ ਵਾਂ ਕਿ ਅਸਲ ਦੇ ਵਿੱਚ ਇਹ ਜਿਹੜੀ ਪਾਰਟ ਕਿਉਂ ਨਹੀਂ ਕੀਤਾ ਗਿਆ। ਠੀਕ ਹੈ, ਕਿ ਇਹਦੇ ਵਿੱਚ ਕਿਉਂ ਨਹੀਂ ਉਹਨਾਂ ਨੇ ਕਿਹਾ ਗਿਆ ਕਿ ਆਹ ਸ਼ਹਿਰ 'ਚੋਂ ਇੰਨੇ, ਮਤਲਬ ਕਿ ਆਹ ਕੰਟਰੀ 'ਚੋਂ ਇੰਨੇ ਬੰਦੇ ਆਉਣਗੇ। ਹਾਂ, ਇਹ ਇਹਨਾਂ ਨੇ ਪਾਰਟ ਕੀਤਾ ਵਾ ਕਿ ਹਾਂ ਵੀ ਰੋਮ ਦੇ ਵਿੱਚ ਕਿੰਨੇ ਪੇਪਰ ਭਰੇ ਗਏ, ਕਿੰਨਾ ਕੋਟਾ, ਹੈ ਨਾ, ਇਸੇ ਤਰੀਕੇ ਦੇ ਨਾਲ ਮੰਨ ਲਓ ਕਿ ਨਾਪੋਲੀ ਵਿੱਚ ਕਿੰਨਾ ਕੋਟਾ, ਇਹ ਉਹਨਾਂ ਨੇ ਦੱਸਿਆ ਵਾ। ਇਹ ਮੈਂ ਤੁਹਾਨੂੰ ਆਪਣੀ ਵੀਡੀਓ 'ਚ ਪਹਿਲਾਂ ਵੀ ਦੱਸਿਆ ਸੀ ਕਿ ਕਿਹੜੇ ਸ਼ਹਿਰ ਦਾ ਕਿੰਨਾ ਕੋਟਾ ਵਾ। ਬਟ ਜੇਕਰ ਆਪਾਂ ਇਹ ਕਹੀਏ ਕਿ ਕੰਟਰੀ ਦਾ ਕੋਟਾ ਇਹਨਾਂ ਨੇ ਦੱਸਿਆ ਵਾ ਕਿ ਹਾਂ ਵੀ ਫਲਾਨੀ ਕੰਟਰੀ ਦੇ ਵਿੱਚੋਂ ਇੰਨੇ ਬੰਦੇ ਆਉਣਗੇ, ਉਹ 'ਚੋਂ ਇੰਨੇ ਬੰਦੇ ਆਉਣਗੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਉਹ ਕਿਉਂ ਆ, ਉਹਦਾ ਵੀ ਇੱਕ ਕਾਰਨ ਆ। ਉਹ ਵੀਰ ਜੀ ਕਾਰਨ ਤੁਹਾਨੂੰ ਮੈਂ ਦੱਸਦਾ ਹਾਂ ਕਿ ਅਸਲ ਦੇ ਵਿੱਚ ਜਦੋਂ ਵੀ ਪੇਪਰ ਨਿਕਲਣੇ ਸਟਾਰਟ ਹੁੰਦੇ ਆ, ਸੋਰੀ ਮੈਂ ਸੱਚ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਇਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ, ਕਿ ਜਿਹੜੇ ਵੀਰ ਜੀ ਮੇਰੇ ਕਈ ਵੀਰ ਮੇਰੇ ਆ ਉਹ ਇਹ ਸੋਚਦੇ ਆ ਕਿ ਹੁਣ ਪੇਪਰ ਅਗਸਤ ਦਾ ਮਹੀਨਾ ਚੜ੍ਹ ਗਿਆ ਅਤੇ ਹੁਣ ਪੇਪਰ ਨਿਕਲਣੇ ਬੰਦ ਹੋ ਜਾਣੇ ਆ। ਠੀਕ ਆ, ਅਤੇ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਨਾਲ ਗੱਲ ਕੀਤੀ ਆ ਕਿ ਹਾਂਜੀ ਵੀ ਕਦੋਂ ਹੋਣਗੇ ਪੇਪਰ ਸਟਾਰਟ, ਕਦੋਂ ਹੋਣਗੇ। ਠੀਕ ਆ, ਸਿਰ ਖਾਧਾ ਹੋਣਾ ਉਹਨਾਂ ਸਾਰਿਆਂ ਨੇ, ਨੋਰਮਲੀ ਗੱਲ ਆ ਕਿ ਹਰ ਇੱਕ ਨੂੰ ਐਕਸਾਈਟਮੈਂਟ ਹੁੰਦੀ ਆ ਕਿ ਛੇਤੀ ਤੋਂ ਛੇਤੀ ਸਾਡਾ ਪੇਪਰ ਨਿਕਲਾਉਣ। ਉਹਨਾਂ ਸਾਰਿਆਂ ਵੀਰਾਂ ਵਾਸਤੇ ਮੇਰਾ ਇੱਕ ਮੈਸੇਜ ਆ ਛੋਟਾ ਜਿਹਾ, ਉਹ ਇਹ ਵਾ ਕਿ ਵੀਰ ਜੀ ਜਿਹੜੇ ਇਹ ਪੇਪਰ ਆ ਨਾ, ਇਹ ਵੀਰ ਜੀ ਠੀਕ ਆ ਅਪ੍ਰੈਲ ਦੇ ਮਹੀਨੇ ਤੱਕ ਨਿਕਲਦੇ ਰਹਿੰਦੇ ਆ। ਜਿਸ ਤਰ੍ਹਾਂ ਕਿ ਐਸ ਕੀ 24 ਅਪ੍ਰੈਲ ਨੂੰ ਅਪਲਾਈ ਹੋਏ ਆ ਅਤੇ ਹੁਣ ਨੈਕਸਟ 24 ਅਪ੍ਰੈਲ ਤੱਕ ਜਿਹੜੇ ਇਹ ਪੇਪਰ ਆ ਇਹ ਨਿਕਲਦੇ ਰਹਿਣੇ ਆ। ਠੀਕ ਹੈ ਜੀ, ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ, ਇਹ ਬਿਲਕੁਲ ਪੇਪਰ ਨਿਕਲਦੇ ਰਹਿੰਦੇ ਆ। ਹਾਂ, ਉਸ ਤੋਂ ਬਾਅਦ ਦੀ ਗੱਲ ਜੇ ਆਪਾਂ ਕਰੀਏ ਕਿ ਇੱਕ ਸਾਲ ਤੋਂ ਬਾਅਦ ਦੀ ਗੱਲ ਕਰੀਏ ਕਿ ਹਾਂਜੀ ਬਾਅਦ 'ਚ ਨਿਕਲਦੇ ਰਹਿੰਦੇ ਕਿ ਨਹੀਂ ਨਿਕਲਦੇ ਰਹਿੰਦੇ, ਉਹ ਵੀ ਵੀਰ ਜੀ ਬਾਅਦ ਵਿੱਚ ਵੀ ਨਿਕਲਦੇ ਰਹਿੰਦੇ ਆ। ਠੀਕ ਆ, ਇਹਦੀਆਂ ਆਪਣੇ ਕੋਲ ਉਦਾਹਰਨਾਂ ਹੈਗੀਆਂ ਕਿ ਕਈਆਂ ਵੀਰਾਂ ਨੇ ਪੇਪਰ ਜਿਹੜੇ ਭਰੇ ਸੀ 2018 ਦੇ ਵਿੱਚ ਅਤੇ ਉਹਨਾਂ ਦੇ 2019 ਦੇ ਵਿੱਚ ਪੇਪਰ ਨਿਕਲੇ ਜਾ ਕੇ। ਠੀਕ ਆ, ਯਾਨੀ ਕਿ ਜਨਵਰੀ ਵੀ ਟੱਪ ਗਏ, ਸਾਰਾ ਕੁਝ ਟੱਪ ਗਏ, ਸਾਲ ਤੋਂ ਸਾਲ 2 ਮਹੀਨੇ 3 ਮਹੀਨੇ ਬਾਅਦ ਟੱਪ ਕੇ ਅਤੇ ਪੇਪਰ ਨਿਕਲੇ ਉਹਨਾਂ ਦੇ। ਇਹ ਸਾਰਿਆਂ ਦਾ ਸਵਾਲ ਹੁੰਦਾ ਵਾ ਕਿ ਹਾਂਜੀ। ਦੂਜੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈਆਂ ਕਈਆਂ ਸ਼ਹਿਰਾਂ ਦੇ ਵਿੱਚ ਇੱਥੇ ਜਿਹੜੇ ਪੇਪਰ ਆ ਨਾ ਉਹ ਘੱਟੋ ਘੱਟ ਵੀ ਆਫਟਰ ਮਤਲਬ ਕਿ 6 ਮਹੀਨੇ ਤੋਂ ਬਾਅਦ ਨਿਕਲਣੇ ਸ਼ੁਰੂ ਹੁੰਦੇ ਆ। ਠੀਕ ਆ, ਕਈਆਂ ਥਾਵਾਂ 'ਤੇ ਕਿ 6 ਮਹੀਨਿਆਂ ਤੋਂ ਕਿ ਅਪਲਾਈ ਕਰਨ ਤੋਂ 6 ਮਹੀਨਿਆਂ ਦੇ ਬਾਅਦ ਵਿੱਚ। ਠੀਕ ਆ, ਬੜਿਆ ਵੀਰਾਂ ਦਾ ਸਵਾਲ ਹੁੰਦਾ ਹੈ ਜਿਹੜਾ, ਅਤੇ ਮੈਂ ਕਿਹਾ ਚਲੋ ਆਪਾਂ ਦੱਸ ਦਈਏ। ਚਲੋ ਜੀ, ਆਪਾਂ ਮੇਨ ਗੱਲ 'ਤੇ ਵੀਰ ਜੀ ਆਉਂਦੇ ਹਾਂ। ਅਤੇ ਉਹ ਵੀਰ ਜੀ ਗੱਲ ਕੀ ਹੈਗੀ ਹੈ ਕਿ ਜਿਸ ਤਰ੍ਹਾਂ ਹੁਣ ਕਈਆਂ ਵੀਰਾਂ ਦੇ ਦਿਮਾਗ 'ਚ ਇਹ ਗੱਲ ਪੈ ਗਈ ਹੈ ਕਿ ਹਾਂਜੀ ਵੀ ਇੱਥੋਂ ਇੰਨੇ ਬੰਦੇ ਆਉਣੇ ਆ, ਇਸ ਤਰ੍ਹਾਂ ਦਾ ਕੁਛ ਨਹੀਂ ਹੈਗਾ, ਉਹ ਕਿਉਂ ਨਹੀਂ ਹੈਗਾ, ਉਹ ਤੁਹਾਨੂੰ ਆਪਾਂ ਹੁਣ ਥੋੜ੍ਹਾ ਜਿਹਾ ਪ੍ਰੈਕਟੀਕਲ ਦੱਸਦੇ ਹਾਂ ਕਿ ਤੁਹਾਨੂੰ ਵੀ ਸਮਝ ਲੱਗ ਜੇ। ਉਹ ਵੀਰ ਜੀ ਇਹ ਵਾ ਕਿ ਸਪੋਜ਼ ਕਰੋ, ਠੀਕ ਹੈ, ਕਿ ਆਪਣੇ ਆਪਾਂ ਚਲੋ ਸਪੋਜ਼ ਕਰਦੇ ਹਾਂ ਕਿ ਆਪਣੇ ਇੰਡੀਅਨ ਵੀਰਾਂ ਨੇ ਪੇਪਰ ਅਪਲਾਈ ਕੀਤੇ ਆ। ਠੀਕ ਹੈ, ਹੁਣ ਆਪਣੇ ਇੰਡੀਅਨ ਵੀਰਾਂ ਨੇ ਅਪਲਾਈ ਪੇਪਰ ਕਰਤੇ ਆ, ਸਪੋਜ਼ ਕਰੋ ਕਿ ਉਹਨਾਂ ਨੇ 10,000 ਪੇਪਰ ਅਪਲਾਈ ਕਰਤਾ ਵਾ। ਠੀਕ ਹੈ, ਕਿ ਇਕੱਲੇ ਇੰਡੀਆ ਤੋਂ ਹੀ। ਠੀਕ ਹੈ ਜੀ, ਹਾਂਜੀ, ਸਭ ਤੋਂ ਪਹਿਲੀ ਗੱਲ ਤੁਹਾਨੂੰ ਦੱਸਾਂ ਕਿ ਕੋਈ ਲਿਮਿਟ ਨਹੀਂ ਹੈਗੀ ਪੇਪਰਾਂ ਦੀ। ਠੀਕ ਹੈ, ਕਿ ਕਿੰਨੇ ਅਪਲਾਈ ਕਿਹੜੀ ਕੰਟਰੀ ਕਿੰਨੇ ਪੇਪਰ ਅਪਲਾਈ ਕਰ ਸਕਦੀ ਹੈ। ਠੀਕ ਆ, ਜਿੱਥੋਂ ਤੁਹਾਨੂੰ ਕਲੀਅਰ ਹੋ ਜੂਗਾ। ਜੇਕਰ ਤਾਂ ਇਹ ਗੱਲ ਹੋਵੇ ਨਾ ਤਾਂ ਫਿਰ ਇਹਨਾਂ ਨੇ ਪਹਿਲਾਂ ਹੀ ਇਹ ਆਪਾਂ ਨੂੰ ਦੱਸ ਦੇਣਾ ਕਿ ਹਾਂ ਵੀ ਇੰਡੀਆ ਤੋਂ ਸਿਰਫ ਅਤੇ ਸਿਰਫ 1000 ਬੰਦਾ ਆਊਗਾ, ਫਲਾਨੀ ਕੰਟਰੀ ਤੋਂ ਸਿਰਫ ਇੰਨਾ ਹੀ ਆਊਗਾ। ਠੀਕ ਆ, ਅਤੇ ਜਿੱਥੋਂ ਤੁਹਾਨੂੰ ਕਲੀਅਰ ਗੱਲ ਹੋਊਗੀ। ਅਤੇ ਇਸ ਕਰਕੇ ਸਪੋਜ਼ ਕਰੋ ਕਿ ਆਪਾਂ 10,000 ਬੰਦੇ ਨੇ ਪੇਪਰ ਅਪਲਾਈ ਕਰਤਾ ਆਪਣੇ ਇੰਡੀਆ ਤੋਂ। ਠੀਕ ਆ, ਹੁਣ ਉਹਨਾਂ ਦੇ ਦਿਮਾਗ 'ਚ ਇਹ ਗੱਲ ਆ ਗਈ ਆ
कि यार पेपर तो सिर्फ बंदे तो सिर्फ जाने मगे हजार या 1500 बंदा ठीक है तो वह फिर तो हाडा तो नंबर नहीं आऊगा ठीक है नॉर्मली हर हर दिमाग हर वीर दिमाग च गल आ जाती है। ओके ध्यान सुनो गल कि असल जो इस तरह का नहीं है कि जेकर इंडिया तो 10,000 बंदे का पेपर सपोज करो कि अपलाई हो गया मैं एक उदाहरण के तौर पर गल कर दिया ठीक है तो वह वीर जी ये नहीं गा कि उस 10,000 के विचों सिर्फ तो सिर्फ 1,500-2,000 बंदा ही निकलना वा दैट्स रोंग ठीक है उस विचों हो सकता वा कि तुहाडे जिहड़ा 10,000 अपलाई होया वा वह 10,000 का 10,000 ही पेपर निकल आवे हो सकता वा कि उहदे विचों तुहाडे 8,000 बंदे का पेपर निकले हो सकता वा कि उहदे विचों 5,000 बंदे का पेपर निकले ठीक है कोई लिमिट नहीं हैगी कहण दा मतलब कि जेकर तुसीं इह कहो कि सिर्फ इन्ने बंदे ही आउणे आ इह तुहानूं समझाउण वास्ते दस्सण दिया मैं क्योंकि असल दे विच जदों इत्थे फलूसी खुलदी है जिहड़े पेपर खुलदे आ उह असल दे विच पहलां ही पार्ट दे विच वंडे हुंदे आ ठीक है उह मैं तुहानूं दस्सदा वा हाँ ये हो सकता वा कि जेकर सपोज करो कि एक बंदे ने ना पोली दे विच ठीक है जी अपने किसी इंडियन बंदे ने ना पोली दे विच पेपर भरे आ हुण ना पोली दा जिहड़ा कोटा वा उह आपां नूं पता ठीक है सारिआं नूं पता कि ना पोली दा जिहड़ा 2,000 कोटा वा ठीक है ऐसे तरीके दे नाल होर भी किसी कंट्री दा किसी दा 200 वा किसी दा 500 वा उह आपां नूं सारिआं नूं पता वा ठीक है कि किन्ना किन्ना कोटा वा हुण सपोज करो कि ना पोली दे विच ठीक है हुण पेपर 2,000 पेपर उत्थे अप्लाई होया वा सपोज करो कि उत्थे 2,000 दा 2,000 पेपर जिहड़ा अप्लाई होया उह अपने कल्ले इंडियन दा ही अप्लाई होया वा ठीक है हुण तुसीं की सोचदे जी कि ना पोली दे विच सपोज करो कि कई वीर ने सुनिया कि 1,000 बंदा इंडिया तो आना वा हुण 1,000 बंदा इंडिया तो सपोज करो कि ना पोली दे विच आ गया कोटा उत्थों दा 2,000 दा भरिया गया ठीक है हुण मैनूं दसो कि जेकर 2,000 दा कोटा भरिया गया है ना तो 1,000 बंदा कल्ला जे इंडिया तो ही कल्ला आना होवे ठीक है तो वह तो 1,000 बंदा उत्थे आ गया तो जिहड़ा 1,000 कोटा उत्थे होर रह गया वह किधर जाऊ ठीक है जिहड़ा बाकी बच गया वा जिहड़े बाकी वीर ने अपने पेपर भरे आ इंडियन ने ठीक है जां कि होर कंट्री ने फिर वह किधर गया ठीक है इस करके इस गल नूं समझो कि जिहड़ा ये कोटे वाली गल है ना ये असल दे विच कंट्री दे बारे नहीं हैगी कि किसे कंट्री तों किन्ने बंदे आउणे आ इह सिर्फ ते सिर्फ हैगी आ कि इत्थे इटली दे विच ਕਿਹੜੇ ਸ਼ਹਿਰ ਦੇ ਵਿੱਚ ਕਿੰਨੇ ਬੰਦੇ ਆਉਣੇ ਆ ਬਸ ਉਹ ਇਹਨਾਂ ਨੇ ਪਾਠ ਕੀਤਾ ਵਾ ਨਾ ਕਿ ਕੰਟਰੀ ਦਾ ਪਾਠ ਕੀਤਾ ਕਿ ਹਾਂ ਵੀ ਇੰਡੀਆ ਤੋਂ 1,000 ਆਉਣਾ ਵਾ ਫਲਾਨੀ ਕੰਟਰੀ ਤੋਂ ਇੰਨਾ ਆਉਣਾ ਵਾ ਟੀਮਨੀ ਕੰਟਰੀ ਤੋਂ ਇੰਨਾ ਇੱਦਾਂ ਤਾਂ ਕੁਛ ਨਹੀਂ ਹੈਗਾ ਵੀਰ ਜੀ ਉਹਦਾ ਤੁਹਾਨੂੰ ਮੈਂ ਰੀਜ਼ਨ ਦੱਸਦਾ ਵਾ ਅਤੇ ਜੇਕਰ ਫਿਰ ਵੀ ਤੁਹਾਨੂੰ ਨਾ ਸਮਝ ਲੱਗੀ ਹੋਵੇ ਇਸ ਰੀਜ਼ਨ ਦੀ ਤਾਂ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਕਰਕੇ ਇਹ ਚੀਜ਼ ਫਿਰ ਪੁੱਛ ਸਕਦੇ ਜੇ ਅਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਸੌਖਾ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ ਲਓ ਜੀ ਵੀਰ ਜੀ ਵੀਡੀਓ ਆਪਣੀ ਅੱਜ ਵਾਲੀ ਇੰਨੀ ਹੀ ਠੀਕ ਹੈ ਜੀ ਅਤੇ ਜੇਕਰ ਵੀਡੀਓ ਮੇਰੇ ਵੀਰਾਂ ਨੂੰ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਓ ਮੇਰੇ ਵੀਰ ਲਾਈਕ ਤਾਂ ਜ਼ਰੂਰ ਕਰਿਓ ਨਾ ਠੀਕ ਹੈ ਸ਼ੇਅਰ ਦਾ ਤੁਹਾਡੀ ਮਰਜ਼ੀ ਆ ਕਿ ਜੇਕਰ ਤੁਸੀਂ ਹੋਰ ਵੀ ਲੋਕਾਂ ਨੂੰ ਦੱਸਣਾ ਚਾਹੁੰਦੇ ਜੇ ਤਾਂ ਉਹ ਸ਼ੇਅਰ ਤੁਸੀਂ ਕਰ ਦਿਓ ਅਤੇ ਪਰ ਲਾਈਕ ਜਿਹੜਾ ਵੀ ਮੇਰਾ ਵੀਰ ਵੇਖੋ ਲਾਈਕ ਜ਼ਰੂਰ ਕਰਿਓ ਅਤੇ ਬਾਕੀ ਵੀਰ ਜੀ ਕੋਈ ਹੋਰ ਤੁਹਾਡਾ ਸਵਾਲ ਹੋਵੇ ਇਸ ਤਰ੍ਹਾਂ ਦਾ ਤਾਂ ਉਹ ਤੁਹਾਨੂੰ ਦੱਸਿਓ ਅਤੇ ਆਪਾਂ ਉਹਨਾਂ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਦੀ ਕਮੈਂਟ ਦੇ ਵਿੱਚ ਦੱਸੋ ਅਤੇ ਅੱਜ ਦੀ ਵਾਸਤੇ ਆਪਣੀ ਇੰਨੀ ਵੀਡੀਓ ਹੈ ਵੀਰ ਜੀ ਓਕੇ ਬਾਏ ਜੀ ਸਤਿ ਸ਼੍ਰੀ ਅਕਾਲ ਟੇਕ ਕੇਅਰ।